ਮੈਂ ਕੋਈ ਗੱਲ ਕਰਨਾ ਨਹੀਂ ਚਾਹੁੰਦੀ, ਤੂੰ ਮੇਰੇ ਨਾਲ ਜੋ ਕਰ ਗਿਆ, ਤੂੰ ਕੱਢ ਕੇ ਮਤਲਬ ਚੱਲ ਤੁਰਿਆ, ਮੈਂ ਹੱਸ ਹੱਸ ਸਭ ਕੁਝ ਜਰ ਲਿਆ। ਕਾਲੀਆਂ ਰਾਤਾਂ ਨੂੰ ਵੇ ਉੱਠ ਪਰ ਬਾਤਾਂ ਨੂੰ ਕਰਦੀਆਂ ਵਾਦਾ, ਵੇ ਤੂੰ ਜੀ ਨਾ ਪਾਵੇਂਗਾ, ਵੇ ਜਾ ਤੈਨੂੰ ਲਿਖ ਕੇ ਦੇਣੀਆਂ, ਵੇ ਤੂੰ ਪਛਤਾਵੇਂਗਾ, ਵੇ ਜਾ ਤੈਨੂੰ ਲਿਖ ਕੇ ਦੇਣੀਆਂ, ਵੇ ਤੂੰ ਪਛਤਾਵੇਂਗਾ। ਤਾਜ ਵੀਡੀਓ ਸ਼ੂਟਿੰਗ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਬੱਬਲ ਕੌਰ ਦੀ ਸਤਿ ਸ੍ਰੀ ਅਕਾਲ। ਦੋਸਤੋ, ਜਿੱਦਾਂ ਕਿ ਹਰ ਵਾਰ ਤੁਹਾਡੇ ਰੂਬਰੂ ਕਰਦੇ ਹਾਂ ਅਸੀਂ ਫਨਕਾਰ, ਸੁਰੀਲੇ ਫਨਕਾਰ, ਕੁਝ ਜਿਹੜੇ ਕਿ ਫੇਮਸ ਹੋ ਚੁੱਕੇ ਨੇ ਪਰਸਨੈਲਿਟੀਜ਼, ਉਹ ਲੈ ਕੇ ਆਉਂਦੇ ਹਾਂ ਅਤੇ ਕੁਝ ਉੱਭਰਦੇ ਸਿਤਾਰੇ ਅਸੀਂ ਤੁਹਾਡੇ ਰੂਬਰੂ ਕਰਦੇ ਹਾਂ। ਤੁਸੀਂ ਸਾਡੀ ਹਰ ਇੰਟਰਵਿਊ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਵੇਖਿਆ ਕਰੋ, ਅਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਉਹ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਰੈੱਡ ਬਟਨ ਵੀ ਦਬਾ ਦਿਓ। ਅਤੇ ਅੱਜ ਸਾਡੇ ਕੋਲ ਵਿਸ਼ੇਸ਼ ਤੌਰ 'ਤੇ ਪਹੁੰਚੇ ਨੇ ਇੱਕ ਬਹੁਤ ਖੂਬਸੂਰਤ ਯੰਗ ਲੜਕਾ, ਜਿਹੜਾ ਕਿ ਜਲਦ ਹੀ ਵੈਸੇ ਐਂਟਰੀ ਕਰ ਚੁੱਕਿਆ ਲੇਕਿਨ ਬਹੁਤ ਵੱਡੇ ਧਮਾਕੇ ਦੇ ਨਾਲ ਇੱਕ ਐਂਟਰੀ ਕਰਨ ਜਾ ਰਿਹਾ ਪੰਜਾਬੀ ਇੰਡਸਟਰੀ ਦੇ ਵਿੱਚ। ਸੋ ਅੱਜ ਤੁਹਾਡੀ ਮੁਲਾਕਾਤ ਉਸ ਉੱਭਰਦੇ ਸਿਤਾਰੇ ਨਾਲ ਅਸੀਂ ਕਰਾਉਣ ਲੱਗੇ ਹਾਂ। ਸਾਡੇ ਸਟੂਡੀਓ 'ਚ ਵਿਸ਼ੇਸ਼ ਤੌਰ 'ਤੇ ਪਹੁੰਚ ਚੁੱਕੇ ਨੇ ਰਹਿਮਾਨ ਹਸਨ ਜੀ। ਸੋ ਸਤਿ ਸ਼੍ਰੀ ਅਕਾਲ ਜੀ, ਪਹਿਲਾਂ ਤਾਂ ਜੀ ਆਇਆਂ ਨੂੰ ਤੁਸੀਂ ਆਪਣਾ ਸਮਾਂ ਕੱਢ ਕੇ ਸਾਡੇ ਕੋਲ ਪਹੁੰਚੇ ਹੋ। ਅਤੇ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਮ ਦੇ ਬਾਰੇ ਜਾਣਨਾ ਚਾਹਾਂਗੀ ਕਿ ਜਿਹੜਾ ਤੁਹਾਡਾ ਨਾਮ ਹੈ ਬੜਾ ਇੱਕ ਯੂਨੀਕ ਜਿਹਾ ਨਾਮ ਹੈ, ਰਹਿਮਾਨ ਹਸਨ, ਅਤੇ ਇਹਦੇ ਪਿੱਛੇ ਕੀ ਰਾਜ਼ ਹੈ? ਤੁਹਾਡਾ ਇਹੀ ਨਾਮ ਹੈ ਜਾਂ ਤੁਸੀਂ ਨਾਮ ਚੇਂਜ ਕਰਕੇ ਮਾਰਕੀਟ ਦੇ ਵਿੱਚ ਆ ਰਹੇ ਹੋ? ਦਰਅਸਲ ਮੇਰਾ ਨਾਮ ਐਕਚੁਲੀ ਮੈਮ ਹੈ ਮਨੀਸ਼ ਕੁਮਾਰ, ਜਿਹਨਾਂ ਮੇਰੇ ਡਾਕੂਮੈਂਟਸ ਸੀਗਾ ਅਤੇ ਜਿਨ੍ਹਾਂ ਤੋਂ ਮੈਂ ਮਿਊਜ਼ਿਕ ਦੀ ਤਾਲੀਮ ਮੇਰਾ ਮੇਰੇ ਗੁਰੂ ਜੀ ਉਸਤਾਦ ਸ਼੍ਰੀ ਪਰਵੇਜ਼ ਆਲਮ ਜੀ। ਅੱਛਾ। ਉਹਨਾਂ ਨੇ ਮੇਰਾ ਨਾਂ ਆਪਣੇ ਇੱਦਾਂ ਲਗਾ ਲਓ, ਆਪਣੇ ਘਰਾਣੇ 'ਚੋਂ ਲਗਾ ਲਓ, ਆਪਣੇ ਨਾਮ ਦੇ ਨਾਲ ਮਿਲਦਾ ਜੁਲਦਾ ਕੁਛ ਲਗਾ ਲਓ, ਉਹਨਾਂ ਨੇ ਤਾਂ ਮੇਰਾ ਨਾਮ ਰਹਿਮਾਨ ਹਸਨ ਰੱਖਤਾ ਨਾਲ। ਵੈਰੀ ਗੁੱਡ। ਵੈਸੇ ਤੁਹਾਡਾ ਬੜਾ ਡਿਫਰੈਂਟ ਹੈ ਜਿਹੜਾ ਨਾਮ ਹੈ ਮਾਰਕੀਟ ਦੇ ਵਿੱਚ। ਅਤੇ ਰਹਿਮਾਨ ਜੀ ਨੇ ਐਂਟਰੀ ਹੈ ਜਿਹੜੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਕੀਤੀ ਹੈ ਇੱਕ ਕਵਰ ਸੌਂਗ ਦੇ ਨਾਲ, ਜਿਹੜਾ ਕਾਫੀ ਚਰਚਾ ਦੇ ਵਿੱਚ ਵੀ ਰਿਹਾ ਕਵਰ ਸੌਂਗ ਇਹਨਾਂ ਦਾ। ਅਤੇ ਪਹਿਲਾਂ ਮੈਂ ਤੁਹਾਡੇ ਕਵਰ ਸੌਂਗ ਦੇ ਬਾਰੇ ਜਾਣਨਾ ਚਾਹੁੰਦੀ ਹਾਂ ਕਿ ਤੁਹਾਨੂੰ ਕਿੱਦਾਂ ਦਾ ਰਿਸਪੌਂਸ ਰਿਹਾ ਸਰੋਤਿਆਂ ਦਾ? ਕਵਰ ਸੌਂਗ ਦਾ ਰਿਸਪੌਂਸ ਮੈਮ ਮੈਨੂੰ ਬਹੁਤ ਇੱਕਦਾਂ ਲਗਾ ਲਓ ਕਿ ਥੋੜ੍ਹਾ ਡਿਫਰੈਂਟ ਦਾ ਵੀ ਕੰਮ ਸੀਗਾ, ਹਿੰਦੀ ਲੈਵਲ ਦਾ ਕੰਮ ਸੀਗਾ, ਤਾਂ ਮੈਨੂੰ ਜਿੱਦਾਂ ਵੀ ਮੇਰੀ ਉਮੀਦ ਸੀਗੀ ਉਸ ਤੋਂ ਥੋੜ੍ਹਾ ਵੱਧ ਕੇ ਰਿਸਪੌਂਸ ਮਿਲਿਆ ਜੀ। ਅਤੇ ਉਹਦੀਆਂ ਲਾਈਨਾਂ ਵੀ ਮੈਂ ਜ਼ਰੂਰ ਸੁਣਾਂਗੀ ਤੁਹਾਡੇ ਤੋਂ। ਫਿਲਹਾਲ ਮੈਂ ਇੱਕ ਹੋਰ ਸਵਾਲ ਪੁੱਛਣਾ ਚਾਹਾਂਗੀ ਕਿ ਹੁਣ ਤੁਸੀਂ ਲੇਟੈਸਟ ਜਿਹੜਾ ਮਾਰਕੀਟ ਦੇ ਵਿੱਚ ਕੀ ਸਰੋਤਿਆਂ ਲਈ ਲੈ ਕੇ ਆ ਰਹੇ ਹੋ? ਲੇਟੈਸਟ ਹੁਣ ਮੈਨੂੰ ਜਿੱਦਾਂ ਮੈਨੂੰ ਮੇਰੇ ਗੁਰੂ ਜੀ ਨੇ ਸੁਜੈਸਟ ਕੀਤਾ ਕਿ ਇੱਕ ਪੰਜਾਬੀ ਸੌਂਗ ਲੈ ਕੇ ਆ ਰਹੇ ਹਾਂ, ਮੈਂ ਬਹੁਤ ਜਲਦ ਜੀ ਜਿਨ੍ਹਾਂ ਦਾ ਮਿਊਜ਼ਿਕ ਵੀ ਬਹੁਤ ਕਰਮਜੀਤ ਅਨਮੋਲ ਭਾਅ ਜੀ ਦਾ ਨਾ ਆਰਡੀਬੀਟ ਕਰਮਜੀਤ ਅਨਮੋਲ, ਹਾਂਜੀ ਆਰਡੀਬੀਟ ਉਹਨਾਂ ਦਾ ਮਿਊਜ਼ਿਕ ਹੈ, ਕਾਫੀ ਅੱਛਾ ਰਿਸਪੌਂਸ ਆਊਗਾ ਉਹਦਾ ਗਾਣੇ, ਉਮੀਦ ਹੈ ਤੁਹਾਨੂੰ ਅੱਛਾ ਲੱਗੂਗਾ, ਉਹਦਾ ਕੰਮ ਫਿਲਹਾਲ ਸਟਾਰਟ ਹੋਇਆ ਜੀ। ਜੀ, ਸਾਡੇ ਵੱਲੋਂ ਬਹੁਤ ਸਾਰੀਆਂ ਦੁਆਵਾਂ ਨੇ ਤੁਹਾਡੇ ਲਈ, ਬੈਸਟ ਵਿਸ਼ਿਜ਼ ਨੇ। ਤੁਹਾਡਾ ਜਿਹੜਾ ਸੌਂਗ ਆ ਰਿਹਾ ਅਸੀਂ ਚਾਹੁੰਦੇ ਹਾਂ ਕਿ ਸੁਪਰ ਦੁਪਰ ਹਿੱਟ ਹੋਵੇ, ਮੈਨੂੰ ਪਤਾ ਉਹਦੇ ਲਿਰਿਕਸ ਵੀ ਬੜੇ ਪਿਆਰੇ ਨੇ, ਅਤੇ ਸ਼ਰੋਤਿਆਂ ਨੂੰ ਵੀ ਜ਼ਰੂਰ, ਜਿਹੜੇ ਸਾਡੇ ਦਰਸ਼ਕ ਸਾਨੂੰ ਦੇਖ ਰਹੇ ਨੇ, ਮੈਂ ਜਿੱਥੋਂ ਤੱਕ ਦੇਖ ਰਹੀ ਹਾਂ ਕਿ ਉਹ ਵੀ ਜਾਣਨਾ ਚਾਹੁੰਦੇ ਨੇ ਕਿ ਤੁਹਾਡਾ ਜਿਹੜਾ ਆਉਣ ਵਾਲਾ ਸੌਂਗ ਹੈ ਉਹਦੇ ਬਾਰੇ ਥੋੜ੍ਹਾ ਜਿਹਾ ਸਾਨੂੰ ਜੇ ਹੋ ਸਕੇ ਤਾਂ ਗਾ ਕੇ ਵੀ ਸੁਣਾ ਦਿਉ, ਉਹਦੇ ਲਿਰਿਕਸ ਅਸੀਂ ਜ਼ਰੂਰ ਜਾਣਨਾ ਚਾਹੁੰਦੇ ਹਾਂ। ਹਾਂਜੀ। ਮੈਂ ਕੋਈ ਗੱਲ ਕਰਨਾ ਨਹੀਂ ਚਾਹੁੰਦੀ, ਤੂੰ ਮੇਰੇ ਨਾਲ ਜੋ ਕਰ ਗਿਆ, ਤੂੰ ਕੱਢ ਕੇ ਮਤਲਬ ਚੱਲ ਤੁਰਿਆ, ਮੈਂ ਹੱਸ ਹੱਸ ਸਭ ਕੁਝ ਜਰ ਲਿਆ। ਕਾਲੀਆਂ ਰਾਤਾਂ ਨੂੰ ਵੇ ਉੱਠ ਪਰ ਬਾਤਾਂ ਨੂੰ
ਕਰ ਦੀਆਂ ਵਾਦਾ ਵੇ ਤੂੰ ਜੀ ਨਾ ਪਾਵੇਗਾ ਵੇ ਜਾ ਤੈਨੂੰ ਲਿਖ ਕੇ ਦੇਣੀਆਂ ਵੇ ਤੂੰ ਪਛਤਾਵੇਗਾ ਵੇ ਜਾ ਤੈਨੂੰ ਲਿਖ ਕੇ ਦੇਣੀਆਂ ਵੇ ਤੂੰ ਪਛਤਾਵੇਗਾ। ਵਾਹ ਜੀ ਵਾਹ, ਬਹੁਤ ਹੀ ਜ਼ਿਆਦਾ ਸੁਰੀਲੀ ਤੁਹਾਡੀ ਆਵਾਜ਼, ਬਹੁਤ ਹੀ ਮਿਠਾਸ ਵਾਲੀ ਆਵਾਜ਼ ਹੈ। ਪਰ ਤੁਸੀਂ ਇਹ ਗਾਣਾ ਕਿਉਂ ਗਾ ਰਹੇ ਹੋ? ਕਿ ਤੁਹਾਡੇ ਨਾਲ ਕੋਈ ਇਹੋ ਜਿਹਾ ਹਾਦਸਾ ਹੋਇਆ? ਵੈਸੇ ਤੁਹਾਡੀ ਸਮਾਈਲ ਤੋਂ ਤਾਂ ਲੱਗਦਾ ਨਹੀਂ ਕਿ ਐਵੇਂ ਦਾ ਕੁਝ ਹੋਇਆ। ਫਿਰ ਐਦਾਂ ਦਾ ਕੁਛ ਨਹੀਂ, ਬਸ ਇੱਕ ਮਿਊਜ਼ਿਕ ਦੇ, ਜਿਹੜੇ ਮਿਊਜ਼ਿਕ ਨੂੰ ਪਿਆਰ ਕਰਨ ਵਾਲੇ ਨੇ ਉਹ ਕਿਸ ਤਰ੍ਹਾਂ ਦਾ ਵੀ ਗਾਣਾ, ਕਿਸੇ ਤਰ੍ਹਾਂ ਦਾ ਵੀ, ਭਾਵੇਂ ਸੈਡ ਸੌਂਗ ਹੈ, ਭਾਵੇਂ ਰੋਮਾਂਟਿਕ ਹੈ, ਭਾਵੇਂ ਡਿਊਟ ਹੈ, ਭਾਵੇਂ ਬੀਟ ਸੌਂਗ ਹੈ, ਉਹਨਾਂ ਨੇ ਮਿਊਜ਼ਿਕ ਨਾਲ ਪਿਆਰ ਰੱਖਦਾ, ਉਹ ਕੁਛ ਵੀ ਗਾਉਂਦੇ ਨੇ। ਤੇ ਕਿਤੇ ਨਾ ਕਿਤੇ ਇਹੋ ਜਿਹੇ ਜਿਹੜੇ ਗਾਣੇ ਹੁੰਦੇ ਨੇ ਉਹਨਾਂ ਦੇ ਨਾਲ ਰੂਹ ਨੂੰ ਜਿਹੜਾ ਸਕੂਨ ਮਿਲਦਾ, ਆਪਣਾ ਇੱਕ ਟੇਸਟ ਹੁੰਦਾ ਸਿੰਗਰ ਦਾ ਨਾ ਜੀ। ਜੀ ਹਾਂਜੀ। ਤੇ ਮੈਂ ਤੁਹਾਡੇ ਉਸਤਾਦ ਜੀ ਬਾਰੇ ਕੁਝ ਜਾਣਨਾ ਚਾਹੁੰਦੀ ਹਾਂ, ਜਿਵੇਂ ਤੁਹਾਡੇ ਗੁਰੂ ਜੀ ਨੇ ਕੌਣ ਨੇ ਤੇ ਕਿਵੇਂ ਉਹ ਮਤਲਬ ਤੁਹਾਨੂੰ ਗਾਈਡ ਕਰਦੇ ਨੇ, ਥੋੜ੍ਹਾ ਉਹਦੇ ਬਾਰੇ ਸਾਨੂੰ ਦੱਸੋ। ਗਾਈਡ ਇਹਨਾਂ ਮੈਨੂੰ ਇੱਕ ਫਾਦਰ ਤੋਂ ਵੀ ਵੱਧ ਕੇ, ਮਤਲਬ ਇੱਦਾਂ ਲਗਾ ਲਓ ਕਿ ਇੱਕ ਫਾਦਰ ਦਾ ਹੁੰਦਾ ਨਾ ਉਂਗਲੀ ਫੜ ਕੇ ਸਿਖਾਉਣਾ ਜੀ ਚੱਲਣਾ, ਉਹਨਾਂ ਨੇ ਉਸ ਤੋਂ ਵੀ ਕਈ ਜ਼ਿਆਦਾ ਗਾਈਡ ਕੀਤਾ, ਮੈਂ ਆਪਣੇ ਕੋਲ ਹੀ ਰੱਖਿਆ, ਆਪਣੇ ਕੋਲ ਹੀ ਇਹਨਾਂ ਨੇ ਜਿੰਨਾ ਕੁ ਵੀ ਮੈਨੂੰ ਸਿੱਖਿਆ, ਜੋ ਵੀ ਮੇਰੇ ਕੋਲ ਤਿਲਫੁਲ ਫਿਲਹਾਲ ਹੈਗਾ ਹਾਲਤ ਦਾ, ਮਤਲਬ ਕਿ ਮਿਊਜ਼ਿਕ ਦਾ ਤਾਂ ਸਾਰੀ ਉਮਰ ਵੀ ਬੰਦਾ ਸਿੱਖ ਸਕਦਾ ਜੀ, ਪਰ ਜੋ ਵੀ ਤਿਲਫੁਲ ਹੈ ਮੇਰੇ ਕੋਲ ਉਹਨਾਂ ਦੀ ਜੁੱਤੀ ਸਦਕਾ ਹੀ ਹੈ ਜੀ। ਮੈਂ ਜੋ ਮਤਲਬ ਕਿ ਇੰਡਸਟਰੀ 'ਚ ਪੈਰ ਰੱਖਿਆ, ਅੱਗੇ ਜੋ ਵੀ ਬਣਾਂਗਾ, ਮੈਨੂੰ ਉਮੀਦ ਪੂਰੀ ਹੈ ਉਹਨਾਂ ਦਾ ਆਸ਼ੀਰਵਾਦ 'ਤੇ, ਜਿੰਨਾ ਵੀ ਮੈਨੂੰ ਰਿਸਪੋਂਸ ਮਿਲਿਆ ਮੇਰੇ ਫਸਟ ਕਵਰ ਤੋਂ ਹੀ, ਅਤੇ ਮੈਨੂੰ ਉਮੀਦ ਪੂਰੀ ਹੈ ਕਿ ਉਹਨਾਂ ਦਾ ਆਸ਼ੀਰਵਾਦ ਹੈ, ਅਤੇ ਮੈਨੂੰ ਉਮੀਦ ਇਹ ਵੀ ਜ਼ਿਆਦਾ ਹੈ ਕਿ ਜਿਹੜਾ ਮੈਂ ਸੌਂਗ ਕਰ ਰਿਹਾ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਅਤੇ ਸਰੋਤਿਆਂ ਦੇ ਪਿਆਰ ਦੇ ਨਾਲ ਹੀ ਬਹੁਤ ਅੱਗੇ ਲੈ ਕੇ ਜਾਊਗਾ ਜੀ। ਵੈਸੇ ਵੀ ਜਿਨ੍ਹਾਂ ਦੇ ਸਿਰ 'ਤੇ ਗੁਰੂ ਦਾ ਆਸ਼ੀਰਵਾਦ ਹੁੰਦਾ, ਮਾਂ ਪਿਓ ਦਾ ਸਾਇਆ ਹੁੰਦਾ, ਉਹਨਾਂ ਦਾ ਆਸ਼ੀਰਵਾਦ ਹੁੰਦਾ, ਤਾਂ ਫਿਰ ਉਹਨਾਂ ਨੂੰ ਤਰੱਕੀ ਜ਼ਰੂਰ ਮਿਲਦੀ ਹੈ। ਪੁਰਾਣੇ ਸਮਿਆਂ ਦੇ ਵਿੱਚ ਹੁੰਦਾ ਸੀ ਕਿ ਜਿਹੜੇ ਉਸਤਾਦ ਲੋਕ ਹੁੰਦੇ ਸੀ ਤਾਲੀਮ ਉਦੋਂ ਤੱਕ ਨਹੀਂ ਦਿੰਦੇ ਸੀਗੇ, ਅਸੀਂ ਸੁਣਦੇ ਹਾਂ ਕਿ ਜਦੋਂ ਤੱਕ ਉਹਨਾਂ ਨੂੰ ਕੌਨਫੀਡੈਂਸ ਨਹੀਂ ਹੁੰਦਾ ਸੀ ਕਿ ਇਹ ਬੱਚਾ ਕੁਛ ਕਰ ਸਕਦਾ, ਬਹੁਤ ਜ਼ਿਆਦਾ ਇਮਤਿਹਾਨ ਦੇਣੇ ਪੈਂਦੇ ਸੀ ਅਤੇ ਉਹਨਾਂ ਦੇ ਕੋਲ ਹੀ ਰਹਿ ਕੇ ਉਹਨਾਂ ਦੀ ਸੇਵਾ ਵੀ ਕਰਨੀ ਪੈਂਦੀ ਸੀ। ਅਤੇ ਇੱਕ ਗੱਲ ਹੋਰ, ਤੁਹਾਡੀ ਫੈਮਿਲੀ ਦੇ ਵਿੱਚੋਂ ਬੈਕਗ੍ਰਾਉਂਡ ਕੁਛ ਮਿਊਜ਼ਿਕ ਵਿੱਚ ਕੋਈ ਫੈਮਿਲੀ ਦਾ ਹੋਰ ਬੰਦਾ ਵੀ ਹੈ ਤੁਹਾਡਾ ਜਿਹੜਾ ਕੋਈ? ਹਾਂਜੀ ਮੇਰੇ ਹਾਂਜੀ ਮਿਊਜ਼ੀਕਲ ਫੈਮਿਲੀ ਬੈਕਗ੍ਰਾਉਂਡ, ਮੇਰੇ ਪਾਪਾ ਜੀ ਜੀ ਹਾਂਜੀ, ਮੈਂ ਉਹਨਾਂ ਦਾ ਨਾਮ ਜ਼ਰੂਰ ਜਾਣਨਾ ਚਾਹਾਂਗੀ। ਪਾਪਾ ਜੀ ਸ਼੍ਰੀ ਰਮੇਸ਼ ਕੁਮਾਰ ਜੀ ਜੀ, ਉਹ ਵੀ ਪਹਿਲੇ ਸਿੰਗਿੰਗ ਕਰਦੇ ਸੀਗੇ ਅਤੇ ਉਹ ਕੀਬੋਰਡ ਪਲੇਅਰ ਰਹੇ ਨੇ, ਅਤੇ ਮੇਰੇ ਚਾਚਾ ਜੀ ਹਰਜੀਤ ਕਾਕਾ ਜੀ, ਕਾਕਾ ਪੂਨੇ ਦੇ ਨਾਂ 'ਤੇ ਜਾਣਦੇ ਉਹਨਾਂ ਨੂੰ ਸਾਰੇ ਜੀ, ਉਹ ਵੀ ਸਿੰਗਿੰਗ ਕਰਦੇ ਨੇ, ਅਤੇ ਕੋਈ ਢਿੱਡੋਂ ਤਾਂ ਤੈਨੂੰ ਪਤਾ ਹੀ ਸਿੱਖਿਆ ਹੁੰਦਾ ਨਹੀਂ ਮੈਮ। ਹਾਂਜੀ, ਬੇਸ਼ੱਕ ਤੁਸੀਂ ਮਿਊਜ਼ਿਕ ਫੈਮਿਲੀ 'ਚ ਜਨਮ ਲਿੱਤਾ, ਪਰ ਤੁਹਾਨੂੰ ਸਿੱਖਣਾ ਤਾਂ ਪੈਂਦਾ ਹੀ ਹੈ। ਬਿਲਕੁਲ ਬਿਲਕੁਲ, ਤਰਾਸ਼ਣਾ ਤਾਂ ਜ਼ਰੂਰੀ ਹੈ, ਜ਼ਰੂਰੀ ਹੈ। ਅਤੇ ਮੈਨੂੰ ਜਿੱਦਾਂ ਲੱਗਾ ਕਿ ਮੈਂ ਜਿੰਨਾ ਕੋਈ ਮੈਨੂੰ ਫੈਮਿਲੀ ਤੋਂ ਮਿਲਿਆ, ਮੇਰੇ ਪਾਪਾ ਤੋਂ, ਮੇਰੇ ਚਾਚਾ ਜੀ ਤੋਂ, ਮੇਰੇ ਛੋਟੇ ਚਾਚਾ ਜੀ ਤੋਂ, ਬਟ ਮੈਨੂੰ ਜਿੱਦਾਂ ਲੱਗਾ ਕਿ ਮੈਨੂੰ ਹੋਰ ਅੱਗੇ ਜਾਣਾ ਚਾਹੀਦਾ, ਕਿਸੇ ਹੋਰ ਕੋਲ ਸਿੱਖਣਾ ਚਾਹੀਦਾ, ਤਾਂ ਮੈਂ ਆਪਣੇ ਜਿਨ੍ਹਾਂ ਨੂੰ ਗੁਰੂ ਬਣਾਇਆ ਤਾਂ ਉਹਨਾਂ ਨੂੰ, ਮੈਂ ਉਹਨਾਂ ਕੋਲ ਕਲਾਸਾਂ ਲਾਈਆਂ, ਜੋ ਵੀ ਜਿੰਨਾ ਕੁ ਟਾਈਮ ਰਿਹਾ ਸਿੱਖਿਆ ਉਹਨਾਂ ਕੋਲ। ਅਤੇ ਸਾਨੂੰ ਪੂਰੀ ਉਮੀਦ ਹੈ ਜਿਵੇਂ ਹੀ ਤੁਸੀਂ ਗਾਣੇ ਲੈ ਕੇ ਮਾਰਕੀਟ 'ਚ ਆਓਗੇ ਇੱਕ ਬਹੁਤ ਵੱਡਾ ਧਮਾਕਾ ਕਰੋਗੇ, ਪੂਰੀ ਉਮੀਦ ਹੈ। ਅਤੇ ਤੁਹਾਡੀ ਲੁੱਕ ਵੀ ਬਹੁਤ ਸੋਹਣੀ ਆ ਅਤੇ ਬਿਲਕੁਲ ਯੰਗ ਹੋ, ਹੈ ਨਾ, ਤੁਸੀਂ ਹੁਣ ਇੰਡਸਟਰੀ 'ਚ ਆ ਰਹੇ ਹੋ, ਜਿੱਦਾਂ ਕਿ ਕਰੇਜ਼ ਹੁੰਦਾ ਸਿੰਗਰਸ ਨੂੰ, ਅਸੀਂ ਦੇਖਦੇ ਹਾਂ ਇੱਕ ਦੋ ਗਾਣਾ ਹਿੱਟ ਹੁੰਦਾ ਅਤੇ ਤੀਜੀ ਵਾਰ ਉਹ ਫਿਲਮ ਦੇ ਵਿੱਚ ਸਾਨੂੰ ਵੇਖਣ ਲਈ ਮਿਲਦੇ ਨੇ। ਹਾਂਜੀ ਹਾਂਜੀ। ਅਤੇ ਤੁਹਾਡਾ ਵੀ ਕੋਈ ਇੱਦਾਂ ਦਾ ਕਰੇਜ਼ ਹੈ ਕਿ ਕੱਲ੍ਹ ਨੂੰ ਮੈਂ ਸਟਾਰ ਬਣਾ, ਮੇਰੇ ਗਾਣੇ ਹਿੱਟ ਹੋਣ ਅਤੇ ਮੈਂ ਫਿਲਮ 'ਚ ਆਵਾਂ, ਇੱਦਾਂ ਦਾ ਕੋਈ ਹੈ ਤੁਸੀਂ ਕੁਛ ਪਲਾਨ ਕੀਤਾ? ਫਿਲਹਾਲ ਇੱਦਾਂ ਦਾ ਕੋਈ ਵੀ ਫਿਊਚਰ ਪਲਾਨ ਨਹੀਂ ਹੈਗਾ, ਮੈਂ ਐਜ਼ ਅ ਸਿੰਗਰ ਹੀ ਆਉਣਾ ਚਾਹੁੰਦਾ ਹਾਲੇ। ਅੱਛਾ ਹਾਂਜੀ, ਫਿਲਹਾਲ ਮੈਂ ਨਹੀਂ। ਇਨ ਕੇਸ ਤੁਹਾਨੂੰ ਕੋਈ ਇੱਦਾਂ ਦਾ ਚਾਂਸ ਮਿਲਦਾ, ਹਾਂਜੀ, ਫਿਰ ਤੁਸੀਂ ਕਰਨਾ ਚਾਹੋਗੇ? ਅਗਰ ਇਨ ਕੇਸ ਫਿਊਚਰ 'ਚ ਆਫਟਰ ਸਕਸੈਸ ਤੋਂ ਬਾਅਦ ਮਿਊਜ਼ਿਕ ਲਾਈਨ ਦੇ ਵਿੱਚ ਐਜ਼ ਅ ਪਲੇਬੈਕ ਸਿੰਗਰ ਸਕਸੈਸ ਹੋ ਜਾਂਦਾ, ਅਗਰ ਮੈਨੂੰ ਚਾਂਸ ਮਿਲਦਾ ਤਾਂ ਬੇਸ਼ੱਕ ਜੀ।
ਤੇ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਸਾਡੇ ਜਿਹੜੇ ਸਰੋਤੇ ਨੇ, ਜਿਹੜੇ ਤੁਹਾਡੇ ਵਰਗੇ ਹੋਰ ਯੂਥ ਆ ਰਿਹਾ, ਕਿ ਤੁਹਾਨੂੰ ਕਿਵੇਂ ਸਟਰਗਲ ਕਰਕੇ ਅੱਗੇ ਆਉਣਾ ਚਾਹੀਦਾ, ਕੁਛ ਵੀ ਜਾਂ ਤੁਸੀਂ ਆਪਣੇ? ਮੇਰਾ ਮੈਸੇਜ ਤਾਂ ਮੈਮ ਇੱਦਾਂ ਹੀ ਰਹੂਗਾ ਕਿ ਅੱਜ ਕੱਲ੍ਹ ਜਿਹੜਾ ਵੀ ਦੇਖੋ ਵੀ ਬੇਸ਼ੱਕ ਭਾਵੇਂ ਮੈਂ, ਮੈਨੂੰ ਬੇਸ਼ੱਕ ਕੁਛ ਵੀ ਨਹੀਂ ਆਉਂਦਾ, ਬਟ ਜਿਹੜੇ ਅੱਜ ਕੱਲ੍ਹ ਮਿਊਜ਼ਿਕ ਨੂੰ ਬਿਲਕੁਲ ਮਜ਼ਾਕ ਸਮਝਦੇ ਨੇ ਨਾ ਜੀ, ਕਿ ਕੋਈ ਵੀ ਬੰਦਾ ਆ ਕੇ ਗਾਉਣ ਲੱਗ ਜਾਂਦਾ, ਠੀਕ ਹੈ, ਬਟ ਸਿੱਖਣਾ ਬਹੁਤ ਜ਼ਰੂਰੀ ਹੈ। ਉਸਤਾਦ ਗੁਲਾਮ ਅਲੀ ਸਾਹਿਬ ਜੀ ਨੇ ਕਿਹਾ, ਸੁਰ ਮੇਂ ਗਾਣੇ ਕੇ ਲੀਏ ਸੁਰਮਾ ਹੋਣਾ ਪੜਤਾ ਹੈ। ਜੀ, ਤੋ ਮਿਊਜ਼ਿਕ ਹਾਸੀ ਖੇਡ ਦੀ ਗੱਲ ਨਹੀਂ ਹੈਗੀ ਜੀ। ਅੱਛੇ ਗੁਰੂਆਂ ਕੋਲ ਰਹੋ, ਸਿੱਖੋ, ਸਿੱਖਣ ਤੋਂ ਬਾਅਦ ਹੀ ਤੁਸੀਂ ਅੱਗੇ ਆ ਸਕਦੇ ਹੋ। ਕਿਉਂਕਿ ਅਗਰ ਮੇਰੇ ਪੁਆਇੰਟ ਆਫ ਵਿਊ, ਮੇਰੀ ਥਿੰਕ ਇਹ ਹੈ ਮੈਮ, ਕਿ ਅਗਰ ਆਪਾਂ ਮਤਲਬ ਕਿ ਹੁਣ ਬਿਨਾਂ ਸਿੱਖੇ ਸਟੇਜ 'ਤੇ ਆ ਜਾਂਦੇ ਹਾਂ, ਤਾਂ ਉਹ ਪਹਿਲੀ ਆਪਣੀ ਬੇਇੱਜ਼ਤੀ ਖੁਦ ਹੀ ਆ, ਅਤੇ ਜਿਹਨਾਂ ਦਾ ਨਾਂ ਲੈ ਕੇ ਆਪਾਂ ਆਏ ਹਾਂ ਤੋਂ ਸਿੱਖ ਰਹੇ ਹੋ, ਉਹਨਾਂ ਦੀ ਜ਼ਿਆਦਾ ਬੇਇੱਜ਼ਤੀ ਆ, ਅਤੇ ਤੀਜੀ ਬੇਇੱਜ਼ਤੀ ਮਿਊਜ਼ਿਕ ਦੀ ਤਾਂ ਹੈਗੀ ਆ। ਬਿਲਕੁਲ ਬਿਲਕੁਲ, ਤੇ ਮਿਊਜ਼ਿਕ ਵੈਸੇ ਵੀ ਇੱਕ ਸਾਧਨਾ ਹੈ ਜਿਹੜੀ ਕਿਸੇ ਨੂੰ ਇੱਕ ਦੋ ਦਿਨ ਦੇ ਵਿੱਚ ਨਹੀਂ ਆਉਂਦੀ, ਉਹਦੇ ਲਈ ਕਾਫੀ ਸਾਲ ਜਿਹੜੀ ਤਪੱਸਿਆ ਕਰਨੀ ਪੈਂਦੀ ਹੈ, ਤਾਂ ਕਿਤੇ ਜਾ ਕੇ ਉਹਦਾ ਜਿਹੜਾ ਫਲ ਹੈ ਸਾਨੂੰ ਮਿਲਦਾ ਹੈ। ਬਿਲਕੁਲ। ਤੇ ਹੁਣ ਮੈਂ ਚਾਹਾਂਗੀ ਤੁਸੀਂ ਜਾਂਦੇ ਜਾਂਦੇ ਕਵਰ ਸੌਂਗ ਜਿਸ ਦੇ ਨਾਲ ਤੁਸੀਂ ਐਂਟਰੀ ਮਾਰੀ ਆ ਮਿਊਜ਼ਿਕ ਦੇ ਵਿੱਚ, ਉਹਦੀਆਂ ਵੀ ਦੋ ਲਾਈਨਾਂ ਸਾਨੂੰ ਜ਼ਰੂਰ ਸੁਣਾਓ। ਤੁਮ ਮਿਲੇ ਦਿਲ ਖਿਲੇ ਔਰ ਜੀਨੇ ਕੋ ਕਿਆ ਚਾਹੀਏ, ਨਾ ਹੋ ਤੂੰ ਦਾਸ ਤੇਰੇ ਪਾਸ ਪਾਸ ਮੈਂ ਰਹੂੰਗਾ ਜ਼ਿੰਦਗੀ ਭਰ, ਨਾ ਹੋ ਤੂੰ ਦਾਸ ਤੇਰੇ ਪਾਸ ਪਾਸ ਮੈਂ ਰਹੂੰਗਾ ਜ਼ਿੰਦਗੀ ਭਰ, ਸਾਰੇ ਸੰਸਾਰੇ ਕਾ ਪਿਆਰ ਮੈਨੇ ਤੁਝੀ ਮੈਂ ਪਾਇਆ, ਤੁਮ ਮਿਲੇ ਦਿਲ ਖਿਲੇ ਔਰ ਜੀਨੇ ਕੋ ਕਿਆ ਚਾਹੀਏ। ਵਾਹ ਜੀ ਵਾਹ, ਕਿਆ ਬਾਤ ਹੈ, ਬਹੁਤ ਖੂਬਸੂਰਤ ਆਵਾਜ਼ ਹੈ ਤੁਹਾਡੀ। ਤੇ ਇਹ ਬਾਲੀਵੁੱਡ ਸਿੰਗਰ ਨੇ ਜਿਹੜੇ ਸਾਡੇ ਕੁਮਾਰ ਸ਼ਾਨੂ ਜੀ, ਉਹਨਾਂ ਨੇ ਵੀ ਬਹੁਤ ਪਿਆਰੀ ਆਵਾਜ਼ ਦੇ ਵਿੱਚ ਗਾਇਆ ਹੋਇਆ। ਮੈਂ ਬਹੁਤ ਧੰਨਵਾਦ ਕਰ ਰਿਹਾ ਤਾਜ ਵੀਡੀਓ ਸ਼ੂਟਿੰਗ ਚੈਨਲ ਦਾ, ਜਿਨ੍ਹਾਂ ਨੇ ਮੈਨੂੰ ਆਪਣੇ ਸ਼ੋਅ ਤੇ ਬੁਲਾਇਆ। ਥੈਂਕ ਯੂ ਮੈਮ, ਤੁਹਾਡਾ ਹੀ ਬਹੁਤ ਬਹੁਤ ਸ਼ੁਕਰੀਆ। ਤੁਸੀਂ ਥੈਂਕ ਯੂ ਰੂਬਰੂ ਹੋਣ ਦਾ ਮੌਕਾ ਦਿੱਤਾ ਤੁਹਾਡੇ ਸਰੋਤਿਆਂ ਨਾਲ, ਤੁਹਾਡੇ ਨਾਲ ਬਹੁਤ ਚੰਗਾ ਲੱਗਿਆ ਮੈਨੂੰ ਗੱਲਾਂ ਕਰਕੇ, ਅਤੇ ਮੇਰੀ ਉਮੀਦ ਇਹੀ ਹੈ, ਮੈਨੂੰ ਹੋਪ ਇਹੀ ਹੈ ਕਿ ਮੇਰਾ ਮੈਸੇਜ ਜਿੰਨਾ ਵੀ ਜੋ ਵੀ ਹੈ ਮੇਰੇ ਸਰੋਤਿਆਂ ਤੱਕ ਪਹੁੰਚੂਗਾ, ਜੋ ਵੀ ਮੈਨੂੰ ਪਸੰਦ ਕਰਦੇ ਨੇ, ਅਤੇ ਇਨਸ਼ਾਅੱਲਾ ਸਭ ਖੈਰ ਕਰੂ ਰੱਬ। ਅਤੇ ਤੁਹਾਡਾ ਬਹੁਤ ਪਿਆਰਾ ਅੰਦਾਜ਼ ਹੈ, ਥੈਂਕ ਯੂ ਸੋ ਮੱਚ ਤੁਸੀਂ ਇੱਥੇ ਸਾਡੇ ਸਟੂਡੀਓ 'ਚ ਪਹੁੰਚੇ, ਅਤੇ ਸਾਡੇ ਵੱਲੋਂ ਆਲ ਦੀ ਬੈਸਟ, ਬਹੁਤ ਸਾਰੀਆਂ ਬੈਸਟ ਵਿਸ਼ੇਸ ਤੁਹਾਨੂੰ ਆਉਣ ਵਾਲੇ ਪ੍ਰੋਜੈਕਟ ਦੇ ਲਈ। ਥੈਂਕਸ ਅ ਲੋਟ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਅਤੇ ਦੋਸਤੋ, ਜਿੰਨੇ ਵੀ ਸਾਡੇ ਨਾਲ ਸਾਡੇ ਦਰਸ਼ਕ ਜੁੜੇ ਨੇ, ਸਾਰਿਆਂ ਨੂੰ ਮੇਰੀ ਰਿਕੁਐਸਟ ਹੈ ਜੀ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾ। ਸੋ ਪਲੀਜ਼ ਸਾਡੀ ਵੀਡੀਓਜ਼ 'ਤੇ ਵੱਧ ਤੋਂ ਵੱਧ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ, ਅਤੇ ਰੈੱਡ ਬਟਨ ਜ਼ਰੂਰ ਦਬਾ ਲੈਣਾ। ਥੈਂਕ ਯੂ, ਸਤਿ ਸ਼੍ਰੀ ਅਕਾਲ।